ਫਗਵਾੜਾ ਵਿਖੇ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਤਾਜ਼ਾ ਮਾਮਲਾ ਹੈ ਸਕੀਮ ਨੰਬਰ 3 ਫਗਵਾੜਾ ਦਾ, ਜਿੱਥੇ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰ ਘਰ ਵਿੱਚੋਂ ਲੱਖਾਂ ਦੀ ਨਕਦੀ ਅਤੇ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਕਾਨ ਮਾਲਕ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਆਪਣੇ ਸਹੁਰੇ ਘਰ ਗਿਆ ਹੋਇਆ ਸੀ ਅਤੇ ਜਦੋਂ ਸਵੇਰੇ ਉਹਨਾਂ ਵਾਪਸ ਆ ਕੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਘਰ 'ਚੋਂ ਕਰੀਬ 1.25 ਲੱਖ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਗਾਇਬ ਸਨ। ਉਹਨਾਂ ਦੱਸਿਆ ਕਿ ਚੋਰ ਤਾਕੀ ਦੀ ਗ੍ਰਿਲ ਤੋੜ ਕੇ ਅੰਦਰ ਦਾਖਲ ਹੋਏ ਸਨ। ਕੱਲ੍ਹ ਅਸੀਂ ਸ਼ਾਮੀ 8:30 ਵਜੇ ਮੈਂ ਆਪਣੇ ਹੁਸ਼ਿਆਰਪੁਰ ਸਸੁਰਾਲ ਨਿਕਲ ਗਏ ਅਤੇ ਰਾਤ ਅਸੀਂ ਉੱਥੇ ਸਟੇ ਕੀਤੀ ਅਤੇ ਸਵੇਰ ਨੂੰ ਜਦੋਂ ਅਸੀਂ 5:35 'ਤੇ ਇੱਥੇ ਪਹੁੰਚੇ ਅਤੇ ਆ ਕੇ ਦੇਖਿਆ ਤਾਂ ਸਾਰਾ ਸਾਡਾ ਸਮਾਨ ਬਿਖਰਿਆ ਹੋਇਆ ਹੈ। ਉੱਥੋਂ ਤਾਕੀ ਤੋੜ ਕੇ, ਤਾਕੀ ਦੀ ਗ੍ਰਿਲ ਤੋੜ ਕੇ ਚੋਰ ਅੰਦਰ ਵੜੇ ਆ। ਸੱਲੀ ਨਾਲ ਸਾਰਾ ਸਾਡਾ ਸਮਾਨ A to Z ਸਾਰਾ ਫੁੱਲਿਆ ਗਿਆ, ਅਲਮਾਰੀਆਂ ਤੋੜੀਆਂ ਗਈਆਂ ਉਹਨਾਂ ਦੇ ਵਿੱਚੋਂ ਜੋ ਕੈਸ਼ ਸੀਗਾ ਅਤੇ ਇੱਕ ਵਾਈਫ ਦਾ ਸੈੱਟ ਪਿਆ ਸੀਗਾ 1.5 ਤੋਲੇ ਦਾ, ਉਹ ਲੈ ਗਏ ਕੈਸ਼ ਸਾਰਾ। ਕਿੰਨਾ ਕੈਸ਼ ਕਿੰਨਾ ਸੀ? ਕੈਸ਼ ਤਕਰੀਬਨ 60 ਕੰਟਰੋਲ ਰੂਮ ਤੇ ਫੋਨ ਕੀਤਾ ਸੀ ਤੇ ਪੁਲਿਸ ਆਈ ਸੀ, ਪੁਲਿਸ ਆ ਕੇ ਪੂਰਾ ਚੈੱਕ ਕਰਕੇ ਗਈ ਹੈ। ਤੇ ਕੀ ਇੱਥੇ ਕੋਈ ਲੱਗ ਸਕੇ, ਕੋਈ ਸੀਸੀ ਕੈਮਰੇ ਲੱਗੇ ਹੋਏ ਆ? ਸਾਹਮਣੇ ਵਾਲਿਆਂ ਦੇ ਪੂਰੇ ਸਿਸਟਮ ਦੋਨੋਂ ਕੋਠੀਆਂ 'ਚ ਲੱਗੇ ਹੋਏ ਆ, ਪਰ ਉਹ ਜਦ ਦੇਖਿਆ ਤਾਂ ਉਹਨਾਂ ਦੇ ਵੀ ਹਾਰਡ ਡਿਸਕ ਕਿਸੇ ਦੀ ਖਰਾਬ ਹੈ, ਚੱਲ ਰਿਕਾਰਡਿੰਗ ਨਹੀਂ ਹੋਈ ਕੋਈ ਇੱਥੇ ਕੋਈ। ਉੱਧਰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀ ਹੈ। ਸਾਂਝ ਟੀਵੀ।